ਰਾਤੀ ਬਹੁਤ ਹੀ ਜ਼ਿਆਦਾ ਤੂਫਾਨ ਅਤੇ ਮੀਂਹ ਆਇਆ, ਹਨੇਰੀ ਆਈ ਮਤਲਬ, ਅਤੇ ਉਹਦੇ ਨਾਲ ਕਾਫੀ ਨੁਕਸਾਨ ਹੋਇਆ ਵਾ। ਅਸੀਂ ਗ੍ਰੀਨ ਨੈੱਟ ਲਾਇਆ ਸੀ ਜਿਹੜਾ, ਉਹ ਸ਼ਾਮ ਵਾਸਤੇ ਧੁੱਪ ਤਿੱਖੀ ਤੋਂ ਬਚਣ ਲਈ ਲਾਈਦਾ ਨਾ, ਇਹ ਵੀ ਸਾਰਾ ਇਹਦੀਆਂ ਰੱਸੀਆਂ ਰੁੱਸੀਆਂ ਟੁੱਟ ਗਈਆਂ। ਇੱਥੇ ਲਾਇਆ ਸੀ, ਰੱਸੀਆਂ ਰੁੱਸੀਆਂ ਟੁੱਟ ਗਈਆਂ, ਉਹ ਪਰਲੇ ਇੱਕ ਲੱਗਾ ਵਾ, ਉਹ ਥੋੜ੍ਹਾ ਲਮਕਦਾ ਸੀ, ਉਹ ਤਾਂ ਬਚ ਗਿਆ। ਅਤੇ ਬਾਕੀ ਬੂਟੇ ਬਹੁਤ ਡਿੱਗੇ ਆ, ਧਰੇਕਾਂ ਧਰੂਕਾਂ ਸਾਰੀਆਂ ਡਿੱਗੀਆਂ ਇਹਨਾਂ ਨੂੰ, ਅਤੇ ਹੁਣ ਰੱਸੀ ਬੰਨ੍ਹ ਕੇ ਮੈਂ ਕਰਤਾ ਸਹੀ, ਹੋਰ ਵੀ ਵਿਖਾਉਂਦਾ ਜਿਹੜੇ ਬੂਟਿਆਂ ਦਾ ਨੁਕਸਾਨ ਹੋਇਆ ਸੀ, ਅਤੇ ਕੈਮਰਾ ਮੈਂ ਹੁਣ ਕਰ ਲਾਂ। ਆਹ ਸਾਰਾ ਮੰਜ਼ਰ ਆ ਤੂਫਾਨ ਤੋਂ ਬਾਅਦ ਦਾ, ਆਹ ਜਿਵੇਂ ਜਾਮ ਨੂੰ ਡਿੱਗ ਗਿਆ ਵਾ, ਉੱਧਰ ਇੱਕ ਨਿੰਮ ਸੀ ਉਹ ਡਿੱਗੀ ਆ, ਆ ਮਿੱਟੀ ਖੁਰ ਕੇ ਸਾਰੀ ਰੁੜ ਗਈ ਆ, ਅਤੇ ਆਹ ਰੱਸੀਆਂ ਰੁੱਸੀਆਂ ਸਭ ਟੁੱਟ ਗਈਆਂ। ਹੁਣ ਧਰੇਕਾਂ ਨੂੰ ਮੈਂ ਬੰਨ੍ਹਤਾ, ਬਾਕੀ ਜਿਹੜਾ ਉਹ ਤੁਹਾਨੂੰ ਮੈਂ ਵਿਖਾਉਂਦਾ ਹਾਂ। ਉੱਧਰ ਸਾਡੀ ਲਾਗੇ ਕਿਸੇ ਦੀ ਕੰਧ ਵੀ ਵਿਚਾਰਿਆਂ ਦੀ ਡਿੱਗ ਗਈ ਆ। ਆਹ ਪਪੀਤੇ ਜਿਹੜੇ ਫਲ ਲੱਗਾ ਹੀ ਬੂਟਾ, ਫਲ ਲੱਗਾ ਬੂਟਾ ਹੀ ਡਿੱਗ ਗਿਆ ਹੈ। ਆਹ ਟਾਹਲੀ 3 ਸਾਲ ਦੀ ਟਾਹਲੀ, ਬਹੁਤ ਜਵਾਨ, ਬੰਨੀ ਵੀ ਸੀ, ਦੋ ਥਾਈਂ ਬੰਨੀ ਆ ਰੱਸੀਆਂ, ਇੱਕ ਉਹ ਰੱਸੀ ਆ, ਇੱਕ ਆਹ ਰੱਸੀ ਆ। ਆਹ ਟਾਹਲੀ ਨੂੰ, ਆਹ ਨਿੱਕੀ ਟਾਹਲੀ ਨੂੰ ਇਹਦੇ ਨਾਲ ਬੰਨਿਆ ਸੀ, ਅਤੇ ਉਹ ਆਪ ਹੀ ਡਿੱਗ ਗਈ ਜਿਹਦੇ ਨਾਲ ਬੰਨਿਆ ਸੀ। ਆਹ ਵੀ ਪਪੀਤੇ ਦਾ ਨਾਲ ਇੱਕ ਤਣਾ ਸੀ, ਉਹ ਵੀ ਡਿੱਗ ਗਿਆ, ਅਤੇ ਆਹ ਸੇਬ ਦਾ ਬੂਟਾ ਆ, ਉਹ ਤੂਰੀਆਂ ਲੱਗੀਆਂ ਪਰੇ। ਅਮਰੂਦ ਦਾ ਬੂਟਾ, ਇਹ ਵੀ ਨਹੀਂ ਹਨੇਰੀ ਦੀ ਮਾਰ ਸਹਾਰ ਸਕਿਆ, ਡਿੱਗ ਗਿਆ। ਇਹਨਾਂ ਨੂੰ ਹੁਣੇ ਮੈਂ ਬੰਨਦਾ ਵਾਂ, ਮੈਂ ਕਿਹਾ ਥੋੜ੍ਹਾ ਜਿਹਾ ਇੱਕ ਵਾਰ ਵਿਖਾ ਦਾਂ ਵੀ ਨੁਕਸਾਨ ਕਿਹੜੇ ਲੈਵਲ ਤੱਕ ਹੋਇਆ। ਵੀ ਅਮਰੂਦ ਦਾ ਬੂਟਾ ਡਿੱਗਿਆ ਕਿਵੇਂ ਆ, ਬੂਟੇ ਸਾਰੇ। ਇੱਧਰ ਸੰਤਰੇ ਵਾਲਾ ਸੀ, ਸੰਤਰੇ ਵਾਲੇ ਦਾ ਕੀ ਬਣਿਆ। ਆਹ ਕਿੰਨੂ ਆ, ਫਲ ਪਿਆ ਕਿੰਨੂਆਂ ਨੂੰ, ਆਹ ਵੀ ਡਿੱਗ ਗਿਆ। ਆਹ ਵੀ ਨਿੰਬੂ, ਉਹ ਕਿੰਨੂ ਕਾਨੂੰ ਜਿਹਾ ਸੀ ਕੁਛ, ਇਹ ਡਿੱਗ ਗਿਆ। ਆੜੂ ਦਾ ਬੂਟਾ, ਇਹ ਵੀ ਡਿੱਗ ਗਿਆ। ਆਹ ਬਦਾਮ ਆ, ਬਦਾਮ ਲੱਗੇ ਵੀ ਆ, ਚੈੱਕ ਕਰ ਸਕਦੇ ਜੀ, ਇਹ ਬਦਾਮ ਆ। ਇਹ ਬਦਾਮ, ਅਤੇ ਇੱਧਰ ਆ ਸੰਤਰਿਆਂ ਦਾ ਬੂਟਾ, ਇਹ ਵੀ ਡਿੱਗ ਗਿਆ, ਅਤੇ ਸੰਤਰੇ ਨੂੰ ਲੱਗੇ ਵੀ ਆ, ਪਤਾ ਨਹੀਂ ਪੱਕਣੇ ਕਿ ਨਹੀਂ ਪੱਕਣੇ, ਕਿਉਂਕਿ ਆਹ ਥੱਲੇ ਫਲ ਜਿਹੜਾ ਨਾ, ਝੜ ਕੇ ਫਲ ਥੱਲੇ ਡਿੱਗਦਾ ਜਾਂਦਾ ਜੀ ਛੋਟਾ ਛੋਟਾ। ਆਹ ਵੀ ਬੂਟਾ ਡਿੱਗਾ, ਸੋ ਬੇਰੀ ਕਾਫੀ ਵੱਡੀ ਹੋ ਚੱਲੀ, ਹਰੀ ਹੋ ਚੱਲੀ। ਬੇਰੀ ਦੇ ਤਣੇ ਬਹੁਤ ਮਜ਼ਬੂਤ ਹੁੰਦੇ ਆ, ਇਹਦੇ ਕਿੱਲੇ ਕੁੱਲੇ ਗੱਡਣ ਦੇ ਕੰਮ ਆਉਂਦੀ ਆ ਬੇਰੀ, ਹਾਈਬ੍ਰਿਡ ਬੇਰੀ, ਬੇਰ ਬਹੁਤ ਮੋਟੇ ਆ। ਆਹ ਨਿੰਬੂਆਂ ਦੇ ਬੂਟੇ ਆ, ਪਤਾ ਨਹੀਂ ਕੀ ਚੱਕਰ ਆ, ਆਪੇ ਹੀ ਨਿੰਬੂ ਦਾ ਫਲ ਜਿਹੜਾ ਇੱਦਾਂ ਫਟ ਜਾਂਦਾ ਵਾ। ਕਈ ਤਾਂ ਕਹਿੰਦੇ ਕੋਈ ਮੱਖੀ ਮੁੱਖੀ ਬਹਿੰਦੀ ਆ ਜਿਹੜੀ ਸ਼ਾਮ ਨੂੰ ਆ ਕੇ, ਉਹਦੇ ਕਰਕੇ ਇਹ ਨੁਕਸਾਨ ਹੁੰਦਾ ਆ। ਕੱਲ੍ਹ ਹੀ ਅਜੇ ਸਾਗਵਾਨ ਦਾ ਬੂਟਾ ਨਵਾਂ ਲਿਆ ਕੇ ਲਿਆਇਆ ਸੀ, ਅਤੇ ਬਚ ਗਿਆ ਵੈਸੇ, ਇਹ ਤਾਂ ਖਲੋਤਾ ਰਿਹਾ, ਇਹ ਤਾਂ ਖਲੋਤਾ ਰਿਹਾ, ਕੱਲ੍ਹ ਹੀ ਲਿਆ ਕੇ ਲਾਇਆ ਜੀ। ਸੋ ਆਹ ਹਾਲਾਤ ਆ ਸਾਰੀਆਂ, ਨਿੰਮ ਹੈ, ਇੱਕ ਆਹ ਨਿੰਮ ਸੁੱਕ ਗਈ, ਆਹ ਨਿੰਮ ਸੁੱਕ ਗਈ, ਅਤੇ ਉਹ ਅੰਬ ਦਾ ਬੂਟਾ ਡਿੱਗਾ। ਆਹ ਮੇਲੇ 'ਤੇ ਲਾਇਆ ਸੀ ਬੂਟਾ, ਆਹ ਅੰਬ ਦਾ ਬੂਟਾ ਆ,
ਇਹ ਵੀ ਡਿੱਗਾ, ਇਹਨੂੰ ਵੀ ਕਰਦਾ ਹੁਣੇ ਸਹੀ ਮੈਂ। ਸੋ ਆਹ ਸਾਰੇ ਹਾਲਾਤ ਹੈ, ਤੁਸੀਂ ਦੇਖ ਸਕਦੇ ਜੀ। ਚਲੋ ਜੀ, ਸਤਿ ਸ਼੍ਰੀ ਅਕਾਲ।